ਆਓ ਦੋਸਤੋ ਅੱਜ ਸੁਣਦੇ ਹਾਂ ਓ ਹੈਨਰੀ ਦੀ ਲਿਖੀ ਕਹਾਣੀ ਦੀ ਲਾਸਟ ਲੀਫ ਦਾ ਪੰਜਾਬੀ ਅਨੁਵਾਦ ਆਖਰੀ ਪੱਤਾ। ਇਹ ਅਨੁਵਾਦ ਚਰਨ ਗਿੱਲ ਜੀ ਨੇ ਕੀਤਾ ਹੈ ਅਤੇ ਆਵਾਜ਼ ਤੁਸੀਂ ਸੁਣ ਰਹੇ ਹੋ ਜਗਸੀਰ ਜੀ। ਵਾਸ਼ਿੰਗਟਨ ਚੌਂਕ ਦੇ ਪੱਛਮ ਦੇ ਵੱਲ ਇੱਕ ਛੋਟਾ ਜਿਹਾ ਮੁਹੱਲਾ ਹੈ ਜਿਸ ਵਿੱਚ ਟੇਢੀਆਂ ਮੇਢੀਆਂ ਗਲੀਆਂ ਦੇ ਜਾਲ ਵਿੱਚ ਕਈ ਬੇਤਰਤੀਬੀਆਂ ਬਸਤੀਆਂ ਵਸੀਆਂ ਹੋਈਆਂ ਨੇ। ਇਹਨਾਂ ਵਿੱਚੋਂ ਇੱਕ ਸੜਕ ਤਾਂ ਇੱਕ ਦੋ ਥਾਈਂ ਆਪਣਾ ਹੀ ਰਸਤਾ ਕੱਟ ਜਾਂਦੀ ਹੈ। ਇਸ ਸੜਕ ਬਾਰੇ ਇੱਕ ਕਲਾਕਾਰ ਦੇ ਮਨ ਵਿੱਚ ਅਮੁੱਲ ਸੰਭਾਵਨਾ ਪੈਦਾ ਹੋਈ ਕਿ ਕਾਗਜ਼ ਰੰਗ ਅਤੇ ਕੈਨਵਸ ਦਾ ਕੋਈ ਵਪਾਰੀ ਜੇਕਰ ਉਗਰਾਹੀ ਕਰਨ ਇੱਥੇ ਆਏ ਤਾਂ ਰਸਤੇ ਵਿੱਚ ਉਸ ਦੀ ਆਪਣੇ ਆਪ ਨਾਲ ਹੀ ਮੁੱਠਭੇੜ ਹੋ ਜਾਏਗੀ ਅਤੇ ਉਸਨੂੰ ਇੱਕ ਵੀ ਪੈਸਾ ਵਸੂਲ ਕੀਤੇ ਬਿਨਾਂ ਵਾਪਸ ਮੁੜਨਾ ਪਵੇਗਾ। ਇਸ ਟੁੱਟੇ ਫੁੱਟੇ ਅਤੇ ਵਿਚਿੱਤਰ ਗ੍ਰੀਨ ਵਿੱਚ ਨਾਮਕ ਮੁਹੱਲੇ ਵਿੱਚ ਦੁਨੀਆਂ ਭਰ ਦੇ ਕਲਾਕਾਰ ਆ ਕੇ ਇਕੱਠੇ ਹੋਣ ਲੱਗੇ। ਉਹ ਸਾਰੇ ਉੱਤਰ ਦਿਸ਼ਾ ਵਿੱਚ ਬਾਰੀਆਂ, 18ਵੀਂ ਸਦੀ ਦੀਆਂ ਮਹਿਰਾਬਾਂ, ਛੱਤ ਦੇ ਕਮਰੇ ਅਤੇ ਸਸਤੇ ਕਿਰਾਇਆਂ ਦੀ ਤਲਾਸ਼ ਵਿੱਚ ਸਨ। ਬਸ 6ਵੀਂ ਸੜਕ ਤੋਂ ਕੁਝ ਕਾਂਸੀ ਦੇ ਭਾਂਡੇ ਅਤੇ ਟੀਨ ਦੇ ਸ਼ੈੱਡ ਖਰੀਦ ਲਿਆਏ ਅਤੇ ਘਰ ਬਾਰ ਵਸਾ ਲਏ। ਇੱਕ ਮਕਾਨ ਦੀ ਤੀਜੀ ਮੰਜ਼ਿਲ 'ਤੇ ਸੂ ਅਤੇ ਜੌਨਸੀ ਦਾ ਸਟੂਡੀਓ ਸੀ। ਜੌਨਸੀ ਨਾਮ ਜੋਨਾ ਤੋਂ ਪਿਆ ਸੀ, ਇੱਕ ਮੇਨ ਤੋਂ ਆਈ ਸੀ ਅਤੇ ਦੂਜੀ ਕੈਲੀਫੋਰਨੀਆ ਤੋਂ। ਦੋਵਾਂ ਦੀ ਮੁਲਾਕਾਤ 8ਵੀਂ ਸੜਕ ਦੇ ਇੱਕ ਸਸਤੇ ਜਿਹੇ ਹੋਟਲ ਵਿੱਚ ਹੋਈ ਸੀ। ਉਹਨਾਂ ਦੋਵਾਂ ਦੀ ਕਲਾ ਵਿੱਚ ਰੁਚੀ, ਖਾਣ ਪੀਣ ਅਤੇ ਪਹਿਨਣ ਦੀ ਪਸੰਦ ਇੰਨੀ ਮਿਲਦੀ ਸੀ ਕਿ ਦੋਨਾਂ ਨੇ ਇੱਕ ਸਾਂਝਾ ਸਟੂਡੀਓ ਬਣਾ ਲਿਆ। ਇਹ ਗੱਲ ਮਈ ਦੇ ਮਹੀਨੇ ਦੀ ਸੀ। ਨਵੰਬਰ ਦੀਆਂ ਸਰਦੀਆਂ ਵਿੱਚ ਇੱਕ ਅਗਿਆਤ ਅਜਨਬੀ ਨੇ, ਜਿਸਨੂੰ ਡਾਕਟਰ ਨਿਮੋਨੀਆ ਕਹਿੰਦੇ ਨੇ, ਮੁਹੱਲੇ ਵਿੱਚ ਡੇਰਾ ਲਾ ਲਿਆ ਅਤੇ ਆਪਣੀਆਂ ਬਰਫੀਲੀਆਂ ਉਂਗਲੀਆਂ ਨਾਲ ਲੋਕਾਂ ਨੂੰ ਛੇੜਨਾ ਸ਼ੁਰੂ ਕਰਨ ਲੱਗਿਆ। ਪੂਰਬ ਵਾਲੇ ਇਲਾਕੇ ਵਿੱਚ ਤਾਂ ਇਸ ਸੱਤਿਆਨਾਸ਼ੀ ਨੇ ਦਰਜਨਾਂ ਲੋਕਾਂ ਦੀ ਕੁਰਬਾਨੀ ਲੈ ਹਲਚਲ ਮਚਾ ਦਿੱਤੀ ਸੀ, ਪਰ ਪੱਛਮ ਦੀਆਂ ਤੰਗ ਗਲੀਆਂ ਵਾਲੇ ਜਾਲ ਵਿੱਚ ਉਸ ਦੀ ਚਾਲ ਕੁਝ ਹੌਲੀ ਪੈ ਗਈ। ਮਿਸਟਰ ਨਿਮੋਨੀਆ ਜਨਾਨੀਆਂ ਦੀ ਵੀ ਲਿਹਾਜ਼ ਨਹੀਂ ਰੱਖਦਾ ਸੀ। ਕੈਲੀਫੋਰਨੀਆ ਦੀਆਂ ਪੱਛਮੀ ਹਵਾਵਾਂ ਨਾਲ ਜਿਸਦਾ ਖੂਨ ਪਤਲਾ ਪੈ ਗਿਆ ਹੋਵੇ, ਅਜਿਹੀ ਕਿਸੇ ਦੁਬਲੀ ਪਤਲੀ ਕੁੜੀ ਦਾ ਇਸ ਲੰਮੇ ਚੌੜੇ ਦੈਂਤ ਨਾਲ ਕੋਈ ਮੁਕਾਬਲਾ ਤਾਂ ਨਹੀਂ ਸੀ। ਫਿਰ ਵੀ ਉਸਨੇ ਜੌਨਸੀ ਉੱਤੇ ਹਮਲਾ ਕਰ ਦਿੱਤਾ। ਉਹ ਵਿਚਾਰੀ ਚੁੱਪਚਾਪ ਆਪਣੀ ਲੋਹੇ ਦੀ ਮੰਜੀ ਉੱਤੇ ਪਈ ਰਹਿੰਦੀ ਅਤੇ ਸ਼ੀਸ਼ੇ ਦੀ ਛੋਟੀ ਜਿਹੀ ਬਾਰੀ ਵਿੱਚੋਂ ਸਾਹਮਣੇ ਵਾਲੇ ਇੱਟਾਂ ਦੇ ਮਕਾਨ ਦੀ ਕੋਰੀ ਦੀਵਾਰ ਨੂੰ ਵੇਖਦੀ ਰਹਿੰਦੀ। ਇੱਕ ਦਿਨ ਉਸਦਾ ਇਲਾਜ ਕਰਨ ਵਾਲੇ ਬੁੱਢੇ ਡਾਕਟਰ ਨੇ ਥਰਮਾਮੀਟਰ ਝਟਕਦੇ ਹੋਏ ਸੂ ਨੂੰ ਬਾਹਰ ਵਰਾਂਡੇ ਵਿੱਚ ਸੱਦ ਕੇ ਕਿਹਾ, ਉਸਦੇ ਜਿਉਣ ਦੀ ਸੰਭਾਵਨਾ ਦਸਾਂ ਵਿੱਚੋਂ ਇੱਕ ਹੈ, ਅਤੇ ਉਹ ਵੀ ਤਾਂ ਜੇਕਰ ਉਹਦੀ ਇੱਛਾ ਸ਼ਕਤੀ ਬਣੀ ਰਹੇ। ਜਦੋਂ ਕਿਸੇ ਦੇ ਮਨ ਵਿੱਚ ਜਿਉਣ ਦੀ ਇੱਛਾ ਹੀ ਨਾ ਰਹੇ ਅਤੇ ਉਹ ਮੌਤ ਦਾ ਸਵਾਗਤ ਕਰਨ ਨੂੰ ਤਿਆਰ ਹੋ ਜਾਣ ਤਾਂ ਉਹਨਾਂ ਦਾ ਇਲਾਜ ਵੱਡੇ ਤੋਂ ਵੱਡਾ ਡਾਕਟਰ ਵੀ ਨਹੀਂ ਕਰ ਸਕਦਾ। ਇਸ ਕੁੜੀ ਦੇ ਦਿਮਾਗ ਉੱਤੇ ਇਹ ਖਿਆਲ ਭਾਰੂ ਪੈ ਗਿਆ ਹੈ ਕਿ ਹੁਣ ਉਹ ਨਹੀਂ ਬਚਦੀ। ਕੀ ਉਹਦੇ ਮਨ 'ਤੇ ਕੋਈ ਬੋਝ ਹੈ? ਸੂ ਬੋਲੀ, ਹੋਰ ਕੁਝ ਤਾਂ ਨਹੀਂ, ਪਰ ਕਿਸੇ ਦਿਨ ਨੇਪਲਸ ਦੀ ਖਾੜੀ ਦਾ ਚਿੱਤਰ ਬਣਾਉਣ ਦੀ ਉਸਦੀ ਬੜੀ ਇੱਛਾ ਹੈ। ਚਿੱਤਰ? ਮੈਂ ਪੁੱਛ ਰਿਹਾ ਸੀ ਕਿ ਉਸਦੇ ਜੀਵਨ ਵਿੱਚ ਕੋਈ ਅਜਿਹੀ ਖਿੱਚ ਵੀ ਹੈ ਜਿਹਦੇ ਨਾਲ ਜਿਉਣ ਦੀ ਇੱਛਾ ਜਾਗ ਜਾਵੇ, ਜਿਵੇਂ ਕੋਈ ਨੌਜਵਾਨ। ਬਿੱਛੂ ਦੇ ਡੰਗ ਜਿਹੀ ਟੁਣਕਦੀ ਆਵਾਜ਼ ਵਿੱਚ ਸੂ ਬੋਲੀ, ਨੌਜਵਾਨ? ਕੋਈ ਮੁੰਡਾ ਤੇ ਪਿਆਰ? ਛੱਡੋ ਵੀ, ਨਹੀਂ ਡਾਕਟਰ ਸਾਹਿਬ, ਅਜਿਹੀ ਕੋਈ ਗੱਲ ਨਹੀਂ ਹੈ। ਡਾਕਟਰ ਬੋਲਿਆ, ਸਾਰੀ ਬੁਰਾਈ ਦੀ ਜੜ੍ਹ ਇਹੀ ਹੈ। ਡਾਕਟਰੀ ਪੜ੍ਹਾਈ ਅਨੁਸਾਰ ਜੋ ਕੁਝ ਵੀ ਸੰਭਵ ਹੈ ਮੈਂ ਉਹ ਕਰੂੰਗਾ, ਪਰ ਜਦੋਂ ਮਰੀਜ਼ ਆਪਣੀ ਅਰਥੀ ਦੇ ਨਾਲ ਚੱਲਣ ਵਾਲਿਆਂ ਦੀ ਗਿਣਤੀ ਗਿਣਨ ਲੱਗ ਜਾਂਦਾ ਹੈ ਨਾ, ਤੇ ਦਵਾਈਆਂ ਦੀ ਸ਼ਕਤੀ ਅੱਧੀ ਰਹਿ ਜਾਂਦੀ ਹੈ। ਜੇਕਰ ਤੂੰ ਉਹਦੀ ਜ਼ਿੰਦਗੀ ਵਿੱਚ ਕੋਈ ਖਿੱਚ ਪੈਦਾ ਕਰ ਸਕੇ ਜਿਸ ਨਾਲ ਉਹ ਅਗਲੇ ਸਿਆਲਾਂ ਵਿੱਚ ਆਉਣ ਵਾਲੇ ਕੱਪੜਿਆਂ ਦੇ ਫੈਸ਼ਨ ਬਾਰੇ ਚਰਚਾ ਕਰਨ ਲੱਗੇ, ਤਾਂ ਉਹਦੇ ਜਿਉਣ ਦੀ ਸੰਭਾਵਨਾ ਦੂਣੀ ਹੋ ਜਾਊਗੀ। ਡਾਕਟਰ ਦੇ ਜਾਣ ਬਾਅਦ ਸੂ ਆਪਣੇ ਕਮਰੇ ਵਿੱਚ ਗਈ ਅਤੇ ਉਹਨੇ ਰੋ ਰੋ ਕੇ ਕਈ ਰੁਮਾਲ ਪਿਉਂ ਦਿੱਤੇ। ਕੁਝ ਦੇਰ ਬਾਅਦ ਚਿੱਤਰਕਾਰੀ ਦਾ ਸਮਾਨ ਲੈ ਕੇ ਉਹ ਸੀਟੀ ਵਜਾਉਂਦੀ ਹੋਈ ਜੌਨਸੀ ਦੇ ਕਮਰੇ ਵਿੱਚ ਪਹੁੰਚੀ। ਜੌਨਸੀ ਚਾਦਰ ਉੱਤੇ ਲਈ ਚੁੱਪਚਾਪ ਬਿਨਾਂ ਕਿਸੇ ਹਿਲਜੁਲ ਦੇ ਬਾਰੀ ਵੱਲ ਵੇਖ ਰਹੀ ਸੀ। ਉਸਨੂੰ ਸੁੱਤੀ ਹੋਈ ਸਮਝ ਕੇ ਸੂ ਨੇ ਸੀਟੀ ਵਜਾਉਣਾ ਬੰਦ ਕਰ ਦਿੱਤਾ। ਤਖ਼ਤੇ 'ਤੇ ਕਾਗਜ਼ ਲਗਾ ਕੇ ਉਹ ਕਿਸੇ ਰਸਾਲੇ ਦੀ ਕਹਾਣੀ ਲਈ ਕਲਮ ਸਿਆਹੀ ਨਾਲ ਇੱਕ ਤਸਵੀਰ ਬਣਾਉਣ ਬੈਠ ਗਈ। ਉੱਭਰਦੇ ਹੋਏ ਕਲਾਕਾਰਾਂ ਨੂੰ ਕਲਾ ਦੀ ਮੰਜ਼ਿਲ ਤੱਕ ਪਹੁੰਚਣ ਲਈ ਰਸਾਲੇ ਲਈ ਤਸਵੀਰਾਂ ਬਣਾਉਣੀਆਂ ਹੀ ਪੈਂਦੀਆਂ ਨੇ। ਜਿਵੇਂ ਸਾਹਿਤ ਦੀ ਮੰਜ਼ਿਲ ਤੱਕ ਪੁੱਜਣ ਲਈ ਉੱਭਰਦੇ ਲੇਖਕਾਂ ਨੂੰ ਰਸਾਲਿਆਂ ਲਈ ਕਹਾਣੀਆਂ ਲਿਖਣੀਆਂ ਪੈਂਦੀਆਂ ਨੇ। ਜਿਵੇਂ ਹੀ ਸੂ ਇੱਕ ਘੋੜਸਵਾਰ ਵਰਗਾ ਲਿਬਾਸ ਪਹਿਣ ਕੇ ਚਸ਼ਮਾ ਲਗਾ ਕੇ ਕਿਸੇ ਇਡਾਹੋ ਦੇ ਆਜੜੀ ਦੇ ਚਿੱਤਰ ਦੀਆਂ ਲੀਕਾਂ ਖਿੱਚਣ ਲੱਗੀ ਕਿ ਉਹਨੂੰ ਹੌਲੀ ਜਿਹੀ ਆਵਾਜ਼ ਕਈ ਵਾਰ ਸੁਣਾਈ ਦਿੱਤੀ। ਉਹ ਜਲਦੀ ਹੀ ਜੌਨਸੀ ਕੋਲ ਗਈ। ਜੌਨਸੀ ਦੀਆਂ ਅੱਖਾਂ ਖੁੱਲ੍ਹੀਆਂ ਸਨ। ਉਹ ਬਾਰੀ ਵੱਲ ਵੇਖ ਰਹੀ ਸੀ ਅਤੇ ਪੁੱਠੀ ਗਿਣਤੀ ਕਰ ਰਹੀ ਸੀ। ਉਹ ਬੋਲੀ, 12,
फिर कुछ देर बाद 11, फिर 10, 9, ते फिर इकट्ठे 8, 7। सू ने बेसब्री नाल बारी दे बाहर वेख्या। उत्थे गिणन लायक की सी? एक बंजर चौंक जां 20 फुट दूर इट्टां दे मकान दी कोरी दीवार, एक पुरानी ते सदाबहार वेल जिहदियां जड़ां बाहर नूं निकलियां होईयां दीवार दे अध तक चढ़ी होई सी। सियाल दीआं ठंडीआं हवावां ने उहदीआं पत्तियां तोड़ सुट्टियां सन ते उस दीआं पिंजर शाखावां लगभग सखणियां उहनां टुट्टियां फुट्टियां इट्टां नाल लमक रहीआं सन। सू ने पुछिआ, की गल है जानी? अत्यंत हौली आवाज विच जौनसी बोली, छे ओ जल्दी जल्दी डिग रहे ने। 3 दिन पहला उत्थे करीब 100 सन। उन्हां नूं गिणदे गिणदे सिर दुखन लग जांदा सी। आह, एक होर डिग गया, हुण रह गए बस 5। 5 की जानी? 5 की? अपनी सू नूं तां दस। पत्ते, उस वेल दे पत्ते, जिस वक्त आखरी पत्ता डिगेगा मैं भी चली जावांगी। मैनू 3 दिन तो इसका पता है। कि डॉक्टर ने तेनू दस्या नहीं? सू खिज के बोली, हम की बकवास करी जानी है, इन्नी मूर्खता मैं कितने भी नहीं देखी। तेरे ठीक होने का इन्हों पत्तिया नाल भला की लेना देना? तू उस वेल नू प्यार करया करदी सी, क्यों इसलिए? बदमाश, अपनी बेवकूफी बंद कर। अज सवेरे ही तो डॉक्टर ने दस्या सी कि तेरे जल्दी नाल ठीक होने की संभावना की क्या सी? हाँ, क्या सी संभावना? 10 विच 9 है। ते न्यूयॉर्क विच जदों असीं किसी टैक्सी विच बैठते हाँ जां किसी नवी इमारत दे कोलों गुजरते हाँ तां वी जीवन की संभावना इस तों वध नहीं हुंदी। चल हुण थोड़ा सूप पीण की कोशिश कर ते अपनी सूह नूं तस्वीर बनाउण दे तां कि उहनूं संपादक सज्जन दे हत्थ वेच के अपनी बीमार बच्ची लई थोड़ी दवा दारू ते खुद दे लालची पेट लई कुछ रोटी पानी लिया सके। अपनियां नज़रां बारी दे बाहर टिकाई जौनसी बोली, हुण तैनू मेरे लिए शराब लियाउण दी कोई जरूरत नहीं। ओ, एक होर डिग पिया। नहीं, मैनू सूप दी वी जरूरत नहीं, हुण सिर्फ 4 रह गए। हनेरा होण तों पहलां उस आखरी पत्ते नू डिगदी वेख लवां, बस फिर मैं चली जाऊंगी। सू उस उत्ते झुकदी हुई बोली, प्यारी जौनसी, तू मेरे नाल वादा कर कि तू अखां बंद रखेंगी ते जदों तक मैं काम करदी हाँ बारी तो बाहर नहीं देखेंगी। कल तस्वीर देनी है, मैनू रोशनी की जरूरत है, नहीं तो मैं हुणे बारी बंद कर दिंदी। जौनसी ने थोड़ी रुखी होकर पूछा, कि तू दूजे कमरे विच बैठ के तस्वीर नहीं बना सकती? सू ने कहा, मैनू तेरे कोल रहना चाहिए, अगली गल मैं तेनू उस वेल वाल नहीं देखण देना चाहती। किसी डिगी हुई मूर्ति की तरह बेहरकत ते बग्गी पई अपनियां अखां बंद करती हुई जौनसी बोली, काम खत्म हुंदे ही मैनू बोल देना क्योंकि मैं उस आखरी पत्ते नू डिगदे हुए वेखना चाहनी हाँ। मैं इंतजार करते करते थक गई हाँ, सोच सोच के थक गई हाँ, हुण अपनी हर पकड़ नू ढिला छड़ना चाहती हाँ ते उन्हां विचारे थके हुए पत्तियां विचों एक दी तरह तैरती हुई हेठां होर हेठां होर हेठां चली जाना चाहनी हाँ। सू ने कहा, तू सौण दी कोशिश कर, मैं खाण विच उस मजदूर का मॉडल बनाने लई उस बहरमैन नूं सद के लाउनी आ। हुण एक मिनट विच आई, जदों तक मैं ना मुड़ा तू हिलना नहीं। बुढ़ा बहरमैन उन्हां दे हेठां ही एक कमरे विच रहिंदा सी। ओह वी चित्रकार सी, उसकी उम्र 60 साल तो भी ज़्यादा सी। उसकी दाढ़ी माइकल एंजलो की तस्वीर विचले मूसा की दाढ़ी वाग किसी बदशकल बंदर के सिर तो किसी भूत के शरीर तक लहराउंदी हुई लगती हुंदी सी। बहरमैन एक असफल कलाकार सी, 40 साल तो वह साधना कर रहा सी पर अजे तक अपनी कला की देवी दे पहरावे दी लौण नूं वी नहीं छू सकिया सी। वह हर तस्वीर नूं बनाउंदे समय यही सोचदा कि यह उसकी शाहकार रचना होवेगी पर कदे भी उवें दी ना बना सकिया। हुण तक कई सालों तो वह कमरशियल जां इश्तहारी चित्र बनाउण दे इलावा यह धंधा छड्डी ही बैठा सी। उन्हां नवें कलाकारां लई मॉडल बन के जो किसी पेशेवर मॉडल की फीस नहीं दे सकते सन वह अजकल अपना ढिड भरदा सी। वह जरूरत तो ज़्यादा शराब पी लैंदा ते अपनी उस शाहकार रचना संबंधी बकवास करन लगदा जिस ते वह सुपने बुणदा रहिंदा सी। उन जो बहुत झगड़ालू किस्म का अड़ब बुढ़ा सी जो निमाणे बंदा दा रज के मजाक उड़ाउंदा
ਤੇ ਆਪਣੇ ਆਪ ਨੂੰ ਇਹਨਾਂ ਦੋਵਾਂ ਕਲਾਕਾਰ ਕੁੜੀਆਂ ਦੀ ਰਾਖੀ ਕਰਨ ਵਾਲਾ ਵਫ਼ਾਦਾਰ ਕੁੱਤਾ ਸਮਝਿਆ ਕਰਦਾ। ਸੂ ਨੇ ਬਹਿਰ ਮੈਂ ਨੂੰ ਆਪਣੇ ਹਨੇਰੇ ਘੁਰਨੇ ਵਿੱਚ ਪਿਆ ਪਾਇਆ। ਉਸ ਵਿੱਚੋਂ ਬੇਰ ਦੀਆਂ ਗਿੜਕਾਂ ਵਰਗੀ ਗੰਧ ਆ ਰਹੀ ਸੀ। ਇੱਕ ਕੋਨੇ ਵਿੱਚ ਉਹ ਕੋਰਾ ਕੈਨਵਾਸ ਟਿਕਿਆ ਹੋਇਆ ਸੀ ਜੋ ਉਸਦੀ ਸ਼ਾਹਕਾਰ ਰਚਨਾ ਦੀ ਪਹਿਲੀ ਰੇਖਾ ਦੀ ਉਡੀਕ 25 ਸਾਲ ਤੋਂ ਕਰਦਾ ਆ ਰਿਹਾ ਸੀ। ਉਸਨੇ ਬੁੱਢੇ ਨੂੰ ਦੱਸਿਆ ਕਿ ਕਿਵੇਂ ਜੌਨਸੀ ਉਹਨਾਂ ਪੱਤਿਆਂ ਦੇ ਨਾਲ ਆਪਣੇ ਪੱਤੇ ਵਰਗੇ ਕੋਮਲ ਸਰੀਰ ਦਾ ਸੰਬੰਧ ਜੋੜ ਕੇ ਉਹਨਾਂ ਦੇ ਇੱਕੋ ਸਮੇਂ ਤੁਰ ਜਾਣ ਦੀ ਭੈਭੀਤ ਕਲਪਨਾ ਕਰਦੀ ਹੈ ਅਤੇ ਸੋਚਦੀ ਹੈ ਕਿ ਉਸਦੀ ਪਕੜ ਸੰਸਾਰ 'ਤੇ ਢਿੱਲੀ ਹੁੰਦੀ ਜਾ ਰਹੀ ਹੈ। ਬੁੱਢੇ ਬੇਹਰਮੈਨ ਨੇ ਅਜਿਹੀਆਂ ਮੂਰਖਾਂ ਵਾਲੀਆਂ ਕਲਪਨਾਵਾਂ ਉੱਤੇ ਗੁੱਸੇ ਨਾਲ ਅੱਖਾਂ ਕੱਢ ਕੇ ਆਪਣਾ ਤਿਰਸਕਾਰ ਦਿਖਾਇਆ। ਉਹ ਬੋਲਿਆ, ਕੀ ਕਿਹਾ? ਦੁਨੀਆਂ ਵਿੱਚ ਅਜੇ ਤੱਕ ਅਜਿਹੇ ਮੂਰਖ ਵੀ ਨੇ ਜੋ ਸਿਰਫ ਇਸ ਲਈ ਕਿ ਇੱਕ ਉੱਖੜੀ ਹੋਈ ਵੇਲ ਤੋਂ ਪੱਤੇ ਝੜਨ ਕਰਕੇ ਆਪਣੇ ਮਰਨ ਦੀ ਕਲਪਨਾ ਕਰ ਲੈਂਦੇ ਨੇ? ਮੈਂ ਤਾਂ ਅਜਿਹਾ ਕਿਤੇ ਨਹੀਂ ਸੁਣਿਆ। ਮੈਂ ਤੁਹਾਡੇ ਵਰਗੇ ਮੂਰਖ ਪਾਗਲਾਂ ਲਈ ਕਦੇ ਮਾਡਲ ਨਹੀਂ ਬਣ ਸਕਦਾ। ਤੂੰ ਉਸਦੇ ਦਿਮਾਗ ਵਿੱਚ ਇਹ ਗੱਲ ਨੂੰ ਵੜਨ ਵੀ ਕਿਵੇਂ ਦਿੱਤਾ? ਹਾਏ, ਵਿਚਾਰੀ ਜੌਨਸੀ, ਸੂ ਨੇ ਕਿਹਾ। ਉਹ ਰੋਗ ਨਾਲ ਬਹੁਤ ਕਮਜ਼ੋਰ ਹੋ ਗਈ ਏ ਅਤੇ ਬੁਖਾਰ ਦੇ ਕਾਰਨ ਉਹਦੇ ਦਿਮਾਗ ਵਿੱਚ ਅਜਿਹੀਆਂ ਅਜੀਬ ਕਲਪਨਾਵਾਂ ਜਾਗ ਉੱਠੀਆਂ ਨੇ। ਅੱਛਾ ਬੇਹਰਮੈਨ, ਜੇ ਤੁਸੀਂ ਮੇਰੇ ਲਈ ਮਾਡਲ ਨਹੀਂ ਬਣਨਾ ਚਾਹੁੰਦੇ ਤਾਂ ਨਾ ਬਣੋ। ਹੈਗੇ ਤਾਂ ਆਖਰ ਤੁਸੀਂ ਵੀ ਅੜਬੰਗ ਉੱਲੂ ਦੇ ਪੱਠੇ ਹੀ ਹੋ। ਬੇਹਰਮੈਨ ਚੀਖਿਆ, ਰਹੀ ਨਾ ਕੁੜੀ ਦੀ ਕੁੜੀ, ਕਿਹਨੇ ਕਿਹਾ ਮੈਂ ਮਾਡਲ ਨਹੀਂ ਬਣਦਾ? ਚੱਲ ਮੈਂ ਤੇਰੇ ਨਾਲ ਚੱਲਦਾ। ਅੱਧੇ ਘੰਟੇ ਤੋਂ ਇਹੀ ਤਾਂ ਚੀਖ ਰਿਹਾ ਕਿ ਭਾਈ ਚੱਲਦਾ ਏ ਚੱਲਦਾ ਏ। ਪਰ ਇੱਕ ਗੱਲ ਕਹਾਂ, ਇਹ ਜਗ੍ਹਾ ਜੌਨਸੀ ਵਰਗੀ ਚੰਗੀ ਕੁੜੀ ਦੇ ਮਰਨ ਦੇ ਲਾਇਕ ਨਹੀਂ। ਕਿਸੇ ਦਿਨ ਜਦੋਂ ਮੈਂ ਆਪਣੀ ਸ਼ਾਹਕਾਰ ਰਚਨਾ ਬਣਾ ਲਵਾਂਗਾ ਤਾਂ ਆਪਾਂ ਸਾਰੇ ਜਾਣੇ ਇੱਥੋਂ ਚਲੇ ਜਾਵਾਂਗੇ, ਸਮਝੀ? ਜਦੋਂ ਉਹ ਦੋਵੇਂ ਉੱਤੇ ਪਹੁੰਚੇ ਤਾਂ ਜੌਨਸੀ ਸੌਂ ਰਹੀ ਸੀ। ਸੂ ਨੇ ਬਾਰੀਆਂ ਦੇ ਪਰਦੇ ਲਗਾ ਦਿੱਤੇ ਅਤੇ ਬੇਹਰਮੈਨ ਨੂੰ ਦੂਜੇ ਕਮਰੇ ਵਿੱਚ ਲੈ ਗਈ। ਉੱਥੋਂ ਉਸਨੇ ਭੈਭੀਤ ਜਿਹੇ ਹੋ ਕੇ ਬਾਰੀ ਦੇ ਬਾਹਰ ਉਸ ਵੇਲ ਵੱਲ ਦੇਖਿਆ। ਫਿਰ ਉਹਨਾਂ ਨੇ ਬਿਨਾਂ ਇੱਕ ਵੀ ਸ਼ਬਦ ਬੋਲੇ ਇੱਕ ਦੂਜੇ ਵੱਲ ਦੇਖਿਆ। ਬਰਫੀਲਾ ਮੀਂਹ ਲਗਾਤਾਰ ਵਰ ਰਿਹਾ ਸੀ। ਇੱਕ ਕੇਤਲੀ ਨੂੰ ਉਲਟਾ ਕਰਕੇ ਉਸਨੇ ਨੀਲੀ ਕਮੀਜ਼ ਪਹਿਨੀ ਬੇਹਰਮੈਨ ਨੂੰ ਉਸ ਉੱਤੇ ਬਿਠਾਇਆ ਜਿਸ ਨਾਲ ਉਹ ਚੱਟਾਨ ਉੱਤੇ ਬੈਠੇ ਕਿਸੇ ਖਾਣ ਦੇ ਮਜ਼ਦੂਰ ਦਾ ਮਾਡਲ ਬਣ ਜਾਵੇ। ਇੱਕ ਘੰਟੇ ਦੀ ਨੀਂਦ ਦੇ ਬਾਅਦ ਜਦੋਂ ਦੂਸਰੇ ਦਿਨ ਸਵੇਰੇ ਸੂ ਦੀ ਅੱਖ ਖੁੱਲ੍ਹੀ ਤਾਂ ਉਸਨੇ ਵੇਖਿਆ ਕਿ ਜੌਨਸੀ ਅਹਿੱਲ ਹੋਈ ਬਾਰੀ ਦੇ ਹਰੇ ਪਰਦੇ ਵੱਲ ਅੱਖਾਂ ਪਾੜ ਪਾੜ ਕੇ ਵੇਖ ਰਹੀ ਹੈ। ਸੁਰਸਰਾਹਟ ਦੀ ਆਵਾਜ਼ ਵਿੱਚ ਉਸਨੇ ਆਦੇਸ਼ ਦਿੱਤਾ, ਪਰਦੇ ਹਟਾ ਦੇ, ਮੈਂ ਵੇਖਣਾ ਚਾਹੁੰਦੀ ਹਾਂ। ਮਜਬੂਰ ਸੂ ਨੂੰ ਆਗਿਆ ਮੰਨਣੀ ਪਈ। ਪਰ ਇਹ ਕੀ, ਰਾਤ ਭਰ ਮੀਂਹ ਹਨੇਰੀ ਤੂਫਾਨ ਅਤੇ ਬਰਫ਼ ਪੈਣ 'ਤੇ ਵੀ ਇੱਟਾਂ ਦੀ ਦੀਵਾਰ ਨਾਲ ਲੱਗੀ ਉਸ ਵੇਲ ਵਿੱਚ ਇੱਕ ਪੱਤਾ ਅਜੇ ਤੱਕ ਟਿਕਿਆ ਹੋਇਆ ਸੀ। ਆਪਣੇ ਤਣੇ ਦੇ ਕੋਲ ਕੁਝ ਗੂੜਾ ਹਰਾ ਪਰ ਆਪਣੇ ਕਿਨਾਰਿਆਂ ਦੇ ਆਸ ਪਾਸ ਥਕਾਣ ਅਤੇ ਝੜਨ ਦਾ ਸੰਦੇਹ ਲਈ ਪੀਲਾ ਪੀਲਾ ਉਹ ਪੱਤਾ ਜ਼ਮੀਨ ਤੋਂ ਕੋਈ 20 ਫੁੱਟ ਉੱਚਾ ਅਜੇ ਤੱਕ ਆਪਣੀ ਟਾਹਣੀ ਨਾਲ ਲਟਕ ਰਿਹਾ ਸੀ। ਜੌਨਸੀ ਨੇ ਕਿਹਾ, ਇਹ ਆਖਰੀ ਹੈ। ਮੈਂ ਸੋਚਿਆ ਸੀ ਕਿ ਇਹ ਰਾਤ ਨੂੰ ਜ਼ਰੂਰ ਡਿੱਗ ਜਾਏਗਾ। ਮੈਂ ਤੂਫਾਨ ਦੀ ਆਵਾਜ਼ ਵੀ ਸੁਣੀ। ਖੈਰ ਕੋਈ ਗੱਲ ਨਹੀਂ, ਇਹ ਅੱਜ ਡਿੱਗ ਜਾਊਗਾ ਅਤੇ ਉਸੇ ਸਮੇਂ ਮੈਂ ਵੀ ਮਰ ਜਾਊਂਗੀ। ਸਿਰਾਣੇ ਉੱਤੇ ਆਪਣਾ ਥੱਕਿਆ ਚਿਹਰਾ ਝੁਕਾ ਕੇ ਸੂ ਬੋਲੀ, ਕੀ ਕਹਿੰਦੀ ਹੈ ਪਾਗਲ, ਆਪਣਾ ਨਹੀਂ ਤਾਂ ਘੱਟੋ ਘੱਟ ਮੇਰਾ ਖਿਆਲ ਕਰ, ਮੈਂ ਤੇਰੇ ਬਿਨਾਂ ਕੀ ਕਰੂੰਗੀ? ਪਰ ਜੌਨਸੀ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਦੁਨੀਆਂ ਦੀ ਸਭ ਤੋਂ ਇਕੱਲੀ ਵਸਤੂ ਇਹ ਆਤਮਾ ਹੁੰਦੀ ਹੈ ਜਦੋਂ ਉਹ ਆਪਣੀ ਰਹੱਸਮਈ ਲੰਬੀ ਯਾਤਰਾ 'ਤੇ ਜਾਣ ਦੀ ਤਿਆਰੀ ਵਿੱਚ ਹੁੰਦੀ ਹੈ। ਜਿਉਂ ਜਿਉਂ ਸੰਸਾਰ ਨਾਲ ਦੋਸਤੀ ਵਿੱਚ ਬੰਨਣ ਵਾਲੇ ਉਸਦੇ ਬੰਧਨ ਢਿੱਲੇ ਪੈਂਦੇ ਗਏ ਤਿਉਂ ਤਿਉਂ ਉਸਦੀ ਕਲਪਨਾ ਨੇ ਉਸਨੂੰ ਹੋਰ ਜ਼ਿਆਦਾ ਜ਼ੋਰ ਨਾਲ ਜਕੜਨਾ ਸ਼ੁਰੂ ਕਰ ਦਿੱਤਾ। ਦਿਨ ਗੁਜ਼ਰ ਗਿਆ ਅਤੇ ਸ਼ਾਮ ਦੀ ਥੋੜ੍ਹੀ ਜਿਹੀ ਲੋਅ ਵਿੱਚ ਵੀ ਦੀਵਾਰ ਨਾਲ ਲੱਗੀ ਹੋਈ ਵੇਲ ਨਾਲ ਲਟਕਿਆ ਉਹ ਪੱਤਾ ਉਹਨਾਂ ਨੂੰ ਦਿਖਾਈ ਦਿੰਦਾ ਰਿਹਾ ਅਤੇ ਰਾਤ ਪੈਣ ਦੇ ਨਾਲ ਨਾਲ ਉੱਤਰੀ ਹਵਾਵਾਂ ਫਿਰ ਚੱਲਣ ਲੱਗੀਆਂ ਅਤੇ ਮੀਂਹ ਦੀ ਵਾਛੜ ਬਾਰੀ ਨਾਲ ਟਕਰਾ ਕੇ ਛੱਜੇ 'ਤੇ ਵਗਣ ਲੱਗ ਪਈ। ਰੋਸ਼ਨੀ ਹੁੰਦੇ ਹੀ ਜੌਨਸੀ ਨੇ ਆਦੇਸ਼ ਦਿੱਤਾ ਕਿ ਪਰਦੇ ਹਟਾ ਦਿੱਤੇ ਜਾਣ। ਵੇਲ 'ਤੇ ਪੱਤਾ ਅਜੇ ਤੱਕ ਮੌਜੂਦ ਸੀ। ਜੌਨਸੀ ਬਹੁਤ ਦੇਰ ਤੱਕ ਉਸਨੂੰ ਇੱਕ ਟੱਕ ਵੇਖਦੀ ਰਹੀ। ਉਸਨੇ ਸੂ ਨੂੰ ਪੁਕਾਰਿਆ ਜੋ ਰਸੋਈ ਵਿੱਚ ਸਟੋਵ 'ਤੇ ਚਿਕਨ ਸੂਪ ਬਣਾ ਰਹੀ ਸੀ। ਜੌਨਸੀ ਬੋਲੀ, ਸੂੜੀ, ਮੈਂ ਬਹੁਤ ਭੈੜੀ ਕੁੜੀ ਹਾਂ। ਕੁਦਰਤ ਦੀ ਕਿਸੇ ਸ਼ਕਤੀ ਨੇ ਉਸ ਆਖਰੀ ਪੱਤੇ ਨੂੰ ਉੱਥੇ ਹੀ ਰੋਕ ਕੇ ਮੈਨੂੰ ਇਹ ਦੱਸ ਦਿੱਤਾ ਕਿ ਮੈਂ ਕਿੰਨੀ ਦੁਸ਼ਟ ਹਾਂ। ਇਸ ਤਰ੍ਹਾਂ ਮਰਨਾ ਤਾਂ ਪਾਪ ਹੈ। ਲਿਆ, ਮੈਨੂੰ ਥੋੜ੍ਹਾ ਜਿਹਾ ਸੂਪ ਦੇ ਅਤੇ ਦੁੱਧ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਲਿਆ ਦੇ। ਪਰ ਰੁਕ, ਉਸ ਤੋਂ ਪਹਿਲਾਂ ਮੈਨੂੰ ਜ਼ਰਾ ਸ਼ੀਸ਼ਾ ਤਾਂ ਦੇ ਅਤੇ ਮੇਰੇ ਸਿਰਹਾਣੇ ਕੁਝ ਤਕੀਏ ਲਗਾ ਦੇ।
ਤਾਂ ਜੋ ਮੈਂ ਬੈਠੀ ਤੈਨੂੰ ਖਾਣਾ ਬਣਾਉਂਦੀ ਵੇਖਦੀ ਰਵਾਂ। ਕੋਈ ਇੱਕ ਘੰਟੇ ਬਾਅਦ ਉਹ ਬੋਲੀ, ਸੂੜੀ ਮੈਨੂੰ ਲੱਗਦਾ ਹੈ ਕਿ ਮੈਂ ਕਦੇ ਨਾ ਕਦੇ ਨੇਪਲਸ ਦੀ ਖਾੜੀ ਦਾ ਚਿੱਤਰ ਜ਼ਰੂਰ ਬਣਾਵਾਂਗੀ। ਸ਼ਾਮ ਨੂੰ ਡਾਕਟਰ ਸਾਹਿਬ ਫਿਰ ਆਏ। ਸੂ ਕੁਝ ਬਹਾਨਾ ਬਣਾ ਕੇ ਉਸਨੂੰ ਬਾਹਰ ਜਾ ਕੇ ਮਿਲੀ। ਸੂ ਦੇ ਕਮਜ਼ੋਰ ਕੰਮ ਦੇ ਹੱਥ ਨੂੰ ਆਪਣੇ ਹੱਥ ਵਿੱਚ ਲੈ ਕੇ ਡਾਕਟਰ ਸਾਹਿਬ ਬੋਲੇ, ਹੁਣ ਸੰਭਾਵਨਾ 10 ਵਿੱਚੋਂ 5 ਮੰਨੀ ਜਾ ਸਕਦੀ ਏ। ਜੇਕਰ ਦੇਖਭਾਲ ਚੰਗੀ ਹੋਈ ਤਾਂ ਤੂੰ ਜਿੱਤ ਜਾਏਂਗੀ। ਅੱਛਾ, ਹੁਣ ਮੈਂ ਹੇਠਾਂ ਦੀ ਮੰਜ਼ਿਲ 'ਤੇ ਇੱਕ ਹੋਰ ਮਰੀਜ਼ ਨੂੰ ਵੇਖਣ ਜਾ ਰਿਹਾ। ਕੀ ਨਾਮ ਹੈ ਉਹਦਾ? ਹਾਂ, ਬੇਹਰਮੈਨ। ਸ਼ਾਇਦ ਕੋਈ ਕਲਾਕਾਰ ਹੈ। ਨਿਮੋਨੀਆ ਹੋ ਗਿਆ। ਅਤਿਅੰਤ ਕਮਜ਼ੋਰ ਅਤੇ ਬੁੱਢਾ ਆਦਮੀ ਏ, ਅਤੇ ਹਮਲਾ ਜ਼ੋਰ ਦਾ ਹੋਇਆ ਏ। ਬਚਣ ਦੀ ਕੋਈ ਸੰਭਾਵਨਾ ਨਹੀਂ। ਅੱਜ ਉਹਨੂੰ ਹਸਪਤਾਲ ਭਿਜਵਾ ਦੇਵਾਂਗਾ, ਉੱਥੇ ਵਧੇਰੇ ਆਰਾਮ ਮਿਲੇਗਾ। ਦੂਜੇ ਦਿਨ ਡਾਕਟਰ ਨੇ ਸੂ ਨੂੰ ਕਿਹਾ, ਜੌਨਸੀ ਹੁਣ ਖਤਰੇ ਤੋਂ ਬਾਹਰ ਹੈ, ਤੁਹਾਡੀ ਜਿੱਤ ਹੋਈ। ਹੁਣ ਤਾਂ ਬਸ ਚੰਗੀ ਖੁਰਾਕ ਅਤੇ ਦੇਖਭਾਲ ਦੀ ਜ਼ਰੂਰਤ ਹੈ। ਉਸ ਦਿਨ ਸ਼ਾਮ ਨੂੰ ਸੂ ਜੌਨਸੀ ਦੇ ਪਲੰਘ ਕੋਲ ਆ ਕੇ ਬੈਠ ਗਈ। ਉਹ ਨਿਸ਼ਚਿੰਤ ਬੈਠੀ ਨੀਲੀ ਉੱਨ ਦਾ ਇੱਕ ਬੇਕਾਰ ਜਿਹਾ ਗਲੂਬੰਦ ਬੁਣ ਰਹੀ ਸੀ। ਉਸਨੇ ਤਕੀਏ ਦੇ ਉਸ ਪਾਸੇ ਤੋਂ ਆਪਣੀ ਬਾਂਹ ਸੂ ਦੇ ਗਲੇ ਵਿੱਚ ਪਾ ਦਿੱਤੀ। ਸੂ ਬੋਲੀ, ਮੇਰੀ ਬੱਗੀ ਬਿੱਲੀ, ਤੈਨੂੰ ਇੱਕ ਗੱਲ ਦੱਸਣੀ ਹੈ। ਅੱਜ ਸਵੇਰੇ ਹਸਪਤਾਲ ਵਿੱਚ ਮਿਸਟਰ ਬੇਹਰਮੈਨ ਦੀ ਨਿਮੋਨੀਆ ਨਾਲ ਮੌਤ ਹੋ ਗਈ। ਉਹ ਸਿਰਫ 2 ਦਿਨ ਹੀ ਬਿਮਾਰ ਰਿਹਾ। ਪਰਸੋਂ ਸਵੇਰੇ ਹੀ ਚੌਂਕੀਦਾਰ ਨੇ ਉਸਨੂੰ ਆਪਣੇ ਕਮਰੇ ਵਿੱਚ ਦਰਦ ਨਾਲ ਤੜਪਦਾ ਪਾਇਆ ਸੀ। ਉਹਦੇ ਕੱਪੜੇ, ਇੱਥੋਂ ਤੱਕ ਕਿ ਜੁੱਤੀ ਵੀ ਪੂਰੀ ਤਰ੍ਹਾਂ ਭਿੱਜੀ ਹੋਈ ਅਤੇ ਬਰਫ਼ ਵਾਂਗ ਠੰਡੀ ਸੀ। ਕੋਈ ਨਹੀਂ ਜਾਣਦਾ ਕਿ ਇੰਨੀ ਭਿਆਨਕ ਰਾਤ ਵਿੱਚ ਉਹ ਕਿੱਥੇ ਗਿਆ ਸੀ। ਪਰ ਉਸਦੇ ਕਮਰੇ ਵਿੱਚੋਂ ਇੱਕ ਬਲਦੀ ਹੋਈ ਲਾਲਟੈਨ, ਕਿਤੋਂ ਘੜੀਸ ਕੇ ਲਿਆਂਦੀ ਇੱਕ ਪੌੜੀ, ਕੁਝ ਖਿੰਡਰੇ ਖਪਰੇ ਬੁਰਸ਼, ਲੱਕੜ ਦੀ ਪੈਲੇਟ ਅਤੇ ਕੁਝ ਹਰਾ ਅਤੇ ਪੀਲਾ ਰੰਗ ਮਿਲਾਇਆ ਹੋਇਆ ਮਿਲਿਆ। ਜ਼ਰਾ ਬਾਰੀ ਤੋਂ ਬਾਹਰ ਤਾਂ ਵੇਖ, ਦੀਵਾਰ ਦੇ ਕੋਲ ਉਸ ਆਖਰੀ ਪੱਤੇ ਨੂੰ। ਕੀ ਤੈਨੂੰ ਕਦੇ ਹੈਰਾਨੀ ਨਹੀਂ ਹੋਈ ਕਿ ਇੰਨੀ ਹਨੇਰੀ ਅਤੇ ਤੂਫਾਨ ਵਿੱਚ ਉਹ ਪੱਤਾ ਹਿਲਦਾ ਕਿਉਂ ਨਹੀਂ? ਮੇਰੀ ਜਾਨ, ਇਹੀ ਬੇਹਰਮੈਨ ਦੀ ਸ਼ਾਹਕਾਰ ਰਚਨਾ ਸੀ। ਜਿਸ ਰਾਤ ਆਖਰੀ ਪੱਤਾ ਡਿੱਗਿਆ, ਉਸੇ ਰਾਤ ਉਸਨੇ ਇਹਨੂੰ ਬਣਾਇਆ ਸੀ। ਦੋਸਤੋ, ਤੁਸੀਂ ਸੁਣ ਰਹੇ ਸੀ ਓ ਹੈਨਰੀ ਦੀ ਲਿਖੀ ਕਹਾਣੀ ਦੀ ਲਾਸਟ ਲੀਫ ਦਾ ਪੰਜਾਬੀ ਅਨੁਵਾਦ, ਆਖਰੀ ਪੱਤਾ। ਇਹ ਅਨੁਵਾਦ ਚਰਨਗਿੱਲ ਜੀ ਨੇ ਕੀਤਾ ਏ ਅਤੇ ਆਵਾਜ਼ ਤੁਸੀਂ ਸੁਣ ਰਹੇ ਸੀ ਜਗਸੀਰ ਦੀ।